ਜੋ ਬੋਲੇ ਇਸ ਹੋਣਰ ਪਰ ਸਤਿਗੁਰੂ ਦਾਸ ਮਹਾਰਾਜ ਕੀ ਜੈ ਜੈ ਗੁਰਦੇਵ ਧੰਨ ਗੁਰਦੇਵ ਅੱਜ ਡੇਰਾ 108 ਸੰਤ ਬਾਬਾ ਮੀਲाराम ਜੀ ਮਹਾਰਾਜ ਤਪੋਸਥਾਨ ਤੇ ਸਤਿਗੁਰੂ ਬਾਬਾ ਮੀਲाराम ਜੀ ਦੀ ਸਾਲਾਨਾ ਵਰਸੀ ਜੋ ਹਰ ਸਾਲ ਬੜੀ ਧੂਮ-ਤਾਮ ਬੜੀ ਸਤਕਾਰ ਸ਼ਰਧਾ ਸਤਕਾਰ ਮਨਾਈ ਜਾਂਦੀ ਹੈ ਇਸ ਸਾਲ ਕਰੋਨਾ ਵਾਇਰਸ ਕਰਕੇ ਇਹ ਮੁਲਤਵੀ ਕਰ ਦਿੱਤੀ ਸੀ ਔਰ ਜੋ ਸਤਿਗੁਰੂ ਬਾਬਾ ਮੀਲाराम ਜੀ ਵਰਸੀ ਤੇ ਜ਼ਰੂਰੀ ਸ਼੍ਰੀ ਨਿਸ਼ਾਨ ਸਾਹਿਬ ਦੇ ਚੋਲੇ ਪਹਿਨਾਏ ਗਏ ਔਰ ਸ਼੍ਰੀ ਸਹਿਜ ਪਾਠ ਦੇ ਭੋਗ ਪਾਏ ਗਏ ਭੋਗ ਤੋਂ ਬਾਅਦ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਬੈਠ ਕੇ ਕਥਾ ਕੀਰਤਨ ਹੋਇਆ ਔਰ ਕਥਾ ਕੀਰਤਨ ਦੇ باوجود ਵੀ ਸਮੂਹ ਸੰਗਤਾਂ ਦੂਰ ਦਰਾਡੇ ਤੋਂ ਸਤਿਗੁਰੂ ਦੇ ਚਰਨਾਂ ਦਾ ਪਿਆਰ ਕਰਨ ਵਾਲੀਆਂ ਅੱਜ ਮਨਾ ਕਰਨ ਦੇ باوجود ਸੰਗਤਾਂ ਨੇ ਵੱਡੀ ਗਿਣਤੀ ਦੇ ਵਿੱਚ ਹਾਜ਼ਰੀ ਭਰੀ ਔਰ ਸੰਗਤਾਂ ਨੇ ਗੁਰੂ ਚਰਨਾਂ ਦਾ ਔਰ ਗੁਰਬਾਣੀ ਦਾ ਲਾਹਾ ਖਟਿਆ ਔਰ ਸਮੂਹ ਸੰਗਤਾਂ ਨੂੰ ਅੱਜ ਦੀਰਾ ਸਾਹਿਬ ਬਾਬਾ ਮੀਲਰਾਮ ਜੀ ਦੇ ਤਪੋਸਥਾਨ ਤੇ ਸਮੂਹ ਸੰਗਤਾਂ ਨੇ ਨੰਘ ਸਿੰਘ ਜਥੇਬੰਦੀਆਂ ਨੇ ਸ੍ਰੀ ਗੁਰਦਾਸ ਸਾਧੂ ਸੰਪਰਦਾਇ ਸੋਸਾਇਟੀ ਦੇ ਮਹਾਪੁਰਸ਼ ਅਤੇ ਹੋਰ ਵੀ ਮਹਾਪੁਰਸ਼ਾਂ ਨੇ ਪਹੁੰਚ ਕੇ ਸਤਿਗੁਰੂ ਬਾਬਾ ਮੀਲਰਾਮ ਜੀ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਔਰ ਅਦਾਸ ਸਾਰੀਆਂ ਸੰਗਤਾਂ ਦਾ ਕੋਟਨ ਕੋਟ ਧੰਨਵਾਦ ਕਰਦਾ ਹੈ ਅਤੇ ਅਖੀਰ ਸੰਗਤ ਨੂੰ ਇਹੀ ਉਪਦੇਸ਼ ਦਿੰਦਾ ਹੈ ਕਿ ਜੋ ਸਾਨੂੰ ਸਰਕਾਰ ਨੇ ਜ਼ਰੂਰੀ ਹਦਾਇਤਾਂ ਦਿੱਤੀਆਂ ਹਨ ਅਸੀਂ ਉਸ ਦਾ ਪਾਲਨ ਕਰਨਾ ਹੈ ਅਸੀਂ ਆਪਣੇ ਤੋਂ ਦੂਰੀ ਬਣਾ ਕੇ ਇੱਕ ਦੂਜੇ ਤੋਂ ਰੱਖਣੀ ਹੈ ਮੂੰਹ ਤੇ ਮਾਸਕ ਲਾਉਣੇ ਹਨ ਅੱਜ ਬਾਬਾ ਮੀਲाराम ਜੀ ਦੀ ਵਰਸੀ ਦੇ ਉੱਤੇ ਸੰਗਤਾਂ ਨੂੰ ਬੇਨਤੀ ਹੈ ਕਿ ਬੱਚਿਆਂ ਨੂੰ ਵੱਧ ਤੋਂ ਵੱਧ ਪੜ੍ਹਾਓ ਜੋ ਸਾਡੇ ਸਮਾਜ ਨੂੰ ਨਸ਼ਿਆਂ ਨੇ ਆਪਣੀ ਗ੍ਰਿਪ ਵਿੱਚ ਲਿਆ ਹੈ ਨਸ਼ਿਆਂ ਦਾ ਕੁੜ ਹਟਾਈਏ ਅਤੇ ਗੁਰੂ ਚਾਨੰਦੇਵ ਨਾਲ ਲੱਗ ਕੇ ਆਪਣਾ ਜੀਵਨ ਸਫਲ ਬਣਾਈਏ ਸਮੂਹ ਸੰਗਤਾਂ ਨੂੰ ਬੇਨਤੀ ਹੈ ਕਿ ਆਪਾਂ ਸਾਰਿਆਂ ਨੇ ਚੰਗੇ ਬਣ ਕੇ ਚੰਗਾ ਜੀਵਨ ਬਤੀਤ ਕਰਨਾ ਹੈ ਤਾ ਜੋ ਸਾਡੇ ਸਮਾਜ ਦਾ ਭਲਾ ਹੋ ਸਕੇ ਜੈ ਗੁਰਦੇਵ ਧੰਨ ਗੁਰਦੇਵ